हाँ जी, पहुंच गए हो? हाँ जी, हाँ जी। ना इतने जकराम सिंह वाले हॉस्पिटल जी ना, इतनी सीखे थे। हाँ जी, हाँ क्या ठीक है? मरीजों नो हो जी, जाए, हाँ जी। गल हो जाएगी कि नहीं? वैसे बसो, हाँ मैं क्या दो गल्ला कर ली तैयार थी बसो, की करी जाना है बैठा। हाँ अच्छा, मैं कहा जो बिजी नहीं होता मैं फिर बात से कर लूंगा। ना अच्छा, मुझे लगता वो घर दे पुछदे सी, कहंदे कि इन्ना टाइम कित्थे लगा। है इतना टाइम हूँ लग गया भाई, है लग गया सी अपना बंदा। उन्होंने फोन कर लिया, वो कहंदे इतो तक गए आ, कहंदे 20 मिनट का रहा। ਆਪਣਾ ਬੰਦਾ ਮਰ ਗਿਆ ਸੀ ਤੇ ਅੱਛਾ ਡਾ ਹੈ। ਹੂੰ, ਵੈਸੇ ਕਹਿੰਦਾ ਸੀ ਦੱਸੋ, ਮੈਨੂੰ ਗਰਮੀ ਲੱਗਦੀ ਸੀ, ਮੈਂ ਕਾਰ ਮੰਗਾ ਲਈ ਸੀ। ਠੀਕ ਨਹੀਂ ਕਿਹੜਾ ਵੈਸੇ ਤੁਸੀਂ ਕਰਿਆ ਧੱਕਾ ਹੀ, ਇੰਨਾ ਧੱਕਾ ਕਰ। ਹਾਂ ਧੱਕਾ ਹੈ, ਮੈਂ ਸੋਚਿਆ ਅਗਰ ਹੁਣ ਨਹੀਂ ਇਹ ਗੱਲ ਸੋਚਣ ਵਾਲੀ, ਹੁਣ ਤਾਂ ਜਿਹੜਾ ਹੋਣਾ ਸੀ ਹੋ ਗਿਆ। ਹੂੰ, ਧੱਕਾ ਕਹਿੰਦਾ ਇਹਨੂੰ ਦਿਲ ਮਿਲੇਗਾ ਮੇਲਾ। ਹੈ ਮੈਂ ਤਾਂ ਕਿਤੇ ਮਰਦ ਨੂੰ ਨੇੜੇ ਨਾ ਕਰ ਦਿੱਤਾ ਕਿਸੇ ਨੂੰ, ਜਾਣੇ ਨੂੰ। ਨੇੜੇ ਮਿਲ ਮੈਂ ਤਾਂ ਕਦੇ ਕਿਸੇ ਨੂੰ ਨੇੜੇ ਨਹੀਂ ਲੱਗ ਦਿੱਤਾ। ਲੱਗਾ, ਇਹ ਅੱਖਾਂ ਚਾਰ ਹੋਣ ਲੱਗੀਆਂ ਪਤਾ ਲੱਗਦਾ ਵੀ ਮੈਂ ਤਾਂ ਤੀਸਰਾ ਪਰਮਾਤਮਾ ਨੇ ਆਪਣਾ ਮੇਲ ਕਰਾਇਆ, ਕਿਵੇਂ ਕਰਾਇਆ? ਡਾਕਟਰ ਤੋਂ ਕਦੀ ਦਵਾਈ ਸੋਚਿਆ ਸੀ ਲਈ, ਆਪਾਂ ਗੱਲ ਸੁਣ ਮੇਰੀ? ਆਪਾਂ ਕਦੀ ਸੋਚਿਆ ਸੀ? ਮੇਰਾ ਜਾਂ ਤਾਂ ਤੂੰ ਸੋਚਿਆ ਹੋਵੇ, ਜਾਂ ਮੈਂ ਸੋਚਿਆ ਹੋਵੇ, ਇਹ ਗੱਲ ਸੋਚੀ ਕਦੀ? ਮੈਂ ਤਾਂ ਇਹੋ ਜਿਹੀ ਗੱਲ ਦੇ ਨੇੜੇ ਨਹੀਂ ਗਈ ਸੀ, ਕੋਈ ਐ ਕਦੇ ਨਾਲ ਗੱਲ ਕਰਨ ਵਾਲੀ ਵੀ ਆਪਣਾ ਤਾਂ ਕੋਈ ਆਈ ਨਹੀਂ ਸੀ। ਹਾਂ, ਫਿਰ ਪਰ ਇਹ ਪਰਮਾਤਮਾ ਨਹੀਂ ਹੁੰਦਾ, ਆਪੇ ਰੱਬ ਜੋੜ ਮੇਲ ਮੇਲ ਦਿੰਦਾ। ਮੈਨੂੰ ਤਾਂ ਫਿਰ ਬੁਰਾ ਕੋਈ ਬੁਰਾ ਲੱਗਦਾ ਇਹ ਗੱਲ ਮੈਨੂੰ, ਕਿਉਂਕਿ ਕੁਛ ਨਹੀਂ ਹੁੰਦਾ, ਬੁਰਾ ਨਹੀਂ। ਹੁਣ ਤਾਂ ਬੁਰਾ ਲੱਗੇ ਭਾਵੇਂ ਚੰਗਾ ਲੱਗੇ, ਹੁਣ ਤਾਂ ਇਹ ਹੋ ਗਿਆ। ਮੇਰਾ ਤਾਂ ਬੁਰਾ ਪਤਾ ਹੀ ਨਹੀਂ ਲੱਗਿਆ ਉੱਥੇ ਜਾ ਕੇ, ਫਿਰ ਕਈ ਰਾਣੂ ਹੋਰ ਜੀ ਤੇ ਮੈਂ ਤਾਂ ਪਤਾ ਨਹੀਂ ਘਬਰਾਹਟ ਚੜ ਗਈ। ਦਵਾਈ ਦਿੱਤੀ ਉਹਨਾਂ ਨੇ, ਇੱਕ ਤਾਂ ਗੋਲੀ ਜਿਹੀ ਦਿੱਤੀ ਜੀ ਤੇ ਰੱਖਣ ਵਾਲੀ, ਪਾਣੀ ਪੂਣੀ ਪਿਆਇਆ ਮੈਡੀਕਲ ਵਾਲੇ ਨੇ ਵਿਚਾਰੇ ਨੇ। ਗਈ ਹੁਣ ਫਿਰ ਹੋਰ ਛੱਡ ਕੇ ਗਿਆ ਮੈਂ। ਹੋਰ ਜੀ, ਮੈਨੂੰ ਫੋਨ ਕਰ ਦਿੰਦੀ, ਮੈਂ ਆ ਜਾਂਦਾ ਦੁਬਾਰਾ। ਹੂੰ, ਬਸ ਮੈਂ ਤਾਂ ਹੋ ਗਿਆ ਯਾਰ, ਕੀ ਹੋਈ ਜਾਂਦਾ ਮੈਨੂੰ ਕੁਛ ਸਮਝ ਨਹੀਂ ਆਉਂਦਾ। ਨਾ ਨਾ, ਐਂ ਸੱਚੀ ਦਿਨ ਤੋਂ ਹੌਸਲਾ ਰੱਖਿਆ ਕਰ, ਅੱਗੇ ਡਿਲੀਵਰ ਆ ਜਾਏ ਤੂੰ ਐਵੇਂ ਹਿੰਮਤ ਨਾ ਹਾਰਿਆ ਕਰ। ਸਾਡੇ ਨਾਲ ਭਾਣਾ ਕੀ ਵਰਤ ਗਿਆ ਜੀ, ਮੈਂ ਤਾਂ ਕਮਲੀ ਹੋਈ ਪਈ। ਹੁਣ ਚੱਲ ਕੋਈ ਨਾ, ਜਿਹੜਾ ਵਰਤ ਗਿਆ ਉਹ, ਹੁਣ ਇਹਦੇ ਨਾਲ ਗੱਲ ਸੁਣ ਮੇਰੀ, ਪਤਾ ਕੀ? ਹੁਣ ਵਰਤ ਤਾਂ ਗਿਆ, ਜੇ ਹੁਣ ਆਪਾਂ ਢੇਰੀ ਢਾ ਕੇ ਬਹਿ ਜਾਵਾਂਗੇ ਫਿਰ ਇਹ ਨਿਬੜ ਜੂਗਾ। ਮੈਨੂੰ ਦੱਸ, ਇਹ ਤਾਂ ਤਗੜੇ ਹੋ ਗਏ, ਆਪਾਂ ਹੁਣ ਨਿਬੜਾਂਗੇ ਇਹਦੇ ਨਾਲ, ਨਿਬੜਾਂਗੇ ਕਿ ਨਹੀਂ? ਬਸ ਹੁਣ ਮੈਂ ਉੱਥੋਂ ਬਾਹਰ ਨਹੀਂ, ਮੈਨੂੰ ਮੇਰੇ ਬੱਚੇ ਨੂੰ ਬਚਾਓ ਕਿਸੇ ਹਿਸਾਬ ਨਾਲ, ਨਹੀਂ ਮੈਂ ਨਹੀਂ ਉੱਥੋਂ ਕੋਈ ਬਾਹਰ ਗੱਲ ਜੀ। ਨਹੀਂ, ਕੋਈ ਗੱਲ ਨਹੀਂ, ਬੇਫਿਕਰ ਰਹਿ ਤੂੰ, ਪਰਮਾਤਮਾ ਦਾ ਨਾਂ ਲਿਆ ਕਰ, ਸਾਰਾ ਕੁਛ ਸੈੱਟ ਹੋ ਜਾਊਗਾ। ਠੀਕ ਹੈ, ਉਸੇ ਨੇ ਕਰਨਾ ਸਾਰਾ ਕੁਛ, ਆਪੇ ਮਨ ਮਿਹਰ ਪਾ ਦੂਗਾ ਜਾ ਕਿਤੇ। ਠੀਕ ਹੈ, ਆਪਣਾ ਬੱਚਾ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਬਰੀ ਹੋਊਗਾ। ਠੀਕ ਹੈ ਜਾਨੂ, ਠੀਕ ਹੋ? ਚਲ ਠੀਕ ਹੈ, ਵੀਡੀਓ ਕਾਲ ਹੋ ਜਾਊਗੀ ਕਿ ਨਹੀਂ? ਨਹੀਂ ਚਲੋ ਠੀਕ ਹੈ, ਜੋ ਗੱਲ ਕੀਤਾ ਲਾ ਲਈ ਸੀ ਨਾ। ਓਕੇ, ਬਾਏ।